ਡੀਅਰ ਸਟੂਡੈਂਟਸ ਵੈਲਕਮ ਅਗੇਨ ਜਿਵੇਂ ਕਿ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਅਸੀਂ ਲਰਨਿੰਗ ਸਟਾਈਲ ਦਾ मीनिंग ਕੀਤਾ ਹੈ ਤੇ ਇਸ ਵੀਡੀਓ ਦੇ ਵਿੱਚ ਅਸੀਂ ਲਰਨਿੰਗ ਸਟਾਈਲ ਦੀਆਂ ਕਿਹੜੀਆਂ-ਕਿਹੜੀਆਂ ਡੈਫੀਨੇਸ਼ਨਸ ਨੇ ਡੈਫੀਨੇਸ਼ਨਸ ਅਸੀਂ ਦੋਨੋਂ ਹੀ ਮੀਡੀਆ ਦੇ ਵਿੱਚ ਕਰਾਂਗੇ ਪੰਜਾਬੀ ਐਂਡ ਇੰਗਲਿਸ਼ ਫਰਸਟ ਹੈ ਅਕੋਰਡਿੰਗ ਟੂ ਬ੍ਰਾਊਨ ਲਰਨਿੰਗ ਸਟਾਈਲਸ ਐਸ ਦਾ ਮੈਨਰ ਇਨ ਵਿੱਚ ਇੰਡੀਵਿਜੂਅਲਸ ਪਰਸੀਵ ਐਂਡ ਪ੍ਰੋਸੈਸ ਇਨਫੋਰਮੇਸ਼ਨ ਇਨ ਲਰਨਿੰਗ ਸਿਚੁਏਸ਼ਨਸ ਹੀ ਆਰਗੂਸ ਥੈਟ ਲਰਨਿੰਗ ਸਟਾਈਲ preference is one aspect of learning style and refers to the choice of one learning situation or condition over another ਹੁਣ ਜੋ ਸਿੱਖਣ ਦਾ ਸਟਾਈਲ ਹੈ ਇੱਕ ਮੀਨਸ ਹਰੇਕ ਬੱਚੇ ਦਾ ਪਹਿਲੀ ਗੱਲ ਤਾਂ ਵੱਖਰਾ ਹੁੰਦਾ ਹੈ ਤੇ ਇੱਕ ਇਸ ਤਰ੍ਹਾਂ ਤਰੀਕਾ ਹੁੰਦਾ ਹੈ ਜਿਹਦੇ ਵਿੱਚ ਕੋਈ ਵੀ ਜਿਹੜਾ ਬੱਚਾ ਹੈ ਉਹ ਜੋ ਲਰਨਿੰਗ ਸਿਚੁਏਸ਼ਨਸ ਹੁੰਦੀਆਂ ਨੇ ਉਹਦੇ ਅਕੋਰਡਿੰਗ ਜਿਹੜੀ ਇਨਫੋਰਮੇਸ਼ਨ ਹੈ ਸਭ ਤੋਂ ਪਹਿਲਾਂ ਉਹਨੂੰ ਗੇਨ ਕਰਦਾ ਹੈ ਇਨਫੋਰਮੇਸ਼ਨ ਨੂੰ ਪ੍ਰਾਪਤ ਕਰਦਾ ਹੈ ਤੇ ਫਿਰ ਉਹਨੂੰ ਉਹਦੀ ਪ੍ਰੋਸੈਸਿੰਗ ਕਰਦਾ ਹੈ ਸੇਮ ਡੈਫੀਨੀਸ਼ਨ ਪੰਜਾਬੀ ਦੇ ਵਿੱਚ ਬਰਾਊਨ ਦੇ ਅਨਸਾਰ ਸਿੱਖਣ ਸ਼ੈਲੀ ਅਜਿਹਾ ਤਰੀਕਾ ਹੁੰਦਾ ਹੈ ਜਿਸ ਵਿੱਚ ਕੋਈ ਵਿਅਕਤੀ ਸਿੱਖਣ ਸਥਿਤੀਆਂ ਵਿੱਚ ਸੂਚਨਾ ਨੂੰ ਪ੍ਰਾਪਤ ਅਤੇ ਪ੍ਰੋਸੈਸ ਕਰਦਾ ਹੈ ਉਹ ਤਰਕ ਦਿੰਦਾ ਹੈ ਕਿ ਸਿੱਖਣ ਸ਼ੈਲੀ ਦਾ ਇੱਕ ਪੱਖ ਸਿੱਖਣ ਸ਼ੈਲੀ ਦਾ ਪਹਿਲੂ ਹੁੰਦਾ ਹੈ ਅਤੇ ਇਹ ਕਿਸੇ ਸਿੱਖਣ ਸਥਿਤੀ ਜਾਂ ਹਾਲਾਤ ਦੀ ਕਿਸੇ ਦੂਜੇ ਦੇ ਮੁਕਾਬਲੇ ਚੁਣ ਨੂੰ ਦਰਸਾਉਂਦਾ ਹੈ ਮੀਨਜ਼ ਕਿਹੜੀ ਹਾਲਾਤ ਦੇ ਵਿੱਚ ਜਾਂ ਕਿਹੜੀ ਲਰਨਿੰਗ ਸਿਚੁਏਸ਼ਨ ਦੇ ਵਿੱਚ ਅਸੀਂ ਬੈਟਰ ਸਿੱਖ ਸਕਦੇ ਹਾਂ ਬੱਚਾ ਉਹਨੂੰ ਪ੍ਰੇਫਰ ਕਰਦਾ ਹੈ ਅਕੋਰਡਿੰਗ ਟੂ ਕੈਲਸੀਆ ਮੁਰੈਸੀਆ ਲਰਨਿੰਗ ਸਟਾਈਲਸ ਐਸ ਦਾ ਜਨਰਲ ਅਪਰੋਚਸ ਫਾਰ ਐਗਜ਼ਾਮਪਲ ਗਲੋਬਲ অর ਐਨਲਿਟਿਕ ਆਡੀਟਰੀ অর ਵਿਜ਼ੂਅਲ ਥੈਟ ਸਟੂਡੈਂਟਸ ਯੂਜ਼ਡ ਇਨ ਅਕਵਾਇਰਿੰਗ ਅ ਨਿਊ ਲੈਂਗੁਏਜ অর ਇਨ ਲਰਨਿੰਗ ਐਨੀ ਅਦਰ ਸਬਜੈਕਟ ਮੀਨਸ ਜਿਹੜੀਆਂ ਸਿੱਖਣ ਸ਼ੈਲੀਆਂ ਨੇ ਉਹ ਅਜਿਹੀਆਂ ਪਹੁੰਚਾ ਹੁੰਦੀਆਂ ਨੇ ਇਸ ਤਰ੍ਹਾਂ ਦੇ ਅਪਰੋਚਸ ਹੁੰਦੀਆਂ ਨੇ ਜਿਵੇਂ ਕਿ ਗਲੋਬਲ ਜਾਂਸੀ ਕੀਤਾ ਸੀ ਐਨਾਲਿਟিক্যাল ਮੀਨਸ ਬੱਚੇ ਗਲੋਬਲ ਮੈਥਡ ਦੇ ਨਾਲ ਜਾਂ ਜਿਹੜਾ ਐਨਾਲਿਸਿਸ ਵਾਲਾ ਮੈਥਡ ਹੈ ਉਹਦੇ ਨਾਲ ਜਿਆਦਾ ਵਧੀਆ ਸਿੱਖਦੇ ਹੈ ਮੀਨ ਬੱਚਾ ਇਹਦੇ ਵਿੱਚੋਂ ਚੂਜ਼ ਕਰੇਗਾ ਫਿਰ ਸੁਣਨ ਵਾਲੇ ਜਾਂ ਦੇਖਣ ਵਾਲੇ ਜਿਹੜੇ ਕੋਈ ਵੀ ਸਾਧਨ ਹੈ ਉਹਨਾਂ ਦੀ ਵਰਤੋਂ ਨਾਲ ਮੀਨ ਜਦੋਂ ਬੱਚੇ ਨੇ ਕੋਈ ਨਵੀਂ ਲੈਂਗੁਏਜ ਸਿੱਖਣੀ ਹੈ ਜਾਂ ਕਿਸੇ ਨਵੇਂ ਵਿਸ਼ੇ ਨੂੰ ਸਿੱਖਣ ਦੇ ਟਾਈਮ ਇਹਨਾਂ ਦੇ ਵਿੱਚੋਂ ਕਿਸੇ ਵੀ ਚੀਜ਼ ਦੀ ਵਰਤੋਂ ਕਰਦਾ ਹੈ ਕਿਸੇ ਵੀ ਟੈਕਨੀਕ ਨੂੰ ਯੂਜ਼ ਕਰਦਾ ਤਾਂ ਉਹ ਉਹਦਾ ਲਰਨਿੰਗ ਸਟਾਈਲ ਹੁੰਦਾ ਹੈ ਨੈਕਸਟ ਹੈ ਅਕੋਰਡਿੰਗ ਟੂ ਮੈਕ ਕ੍ਰੈਚਰ ਦੇ ਅਕੋਰਡਿੰਗ Learning style is sometimes defined as the characteristic cognitive, affective, social, and physiological behaviors that serve as relatively stable indicators to how learners perceive, interact with, and respond to the learning environment. Means, Sikhan Shaliyan Kaivara Bodhik ਸਮਾਜਿਕ ਤੇ ਜਿਹੜੇ ਸਰੀਰਕ ਵਿਵਹਾਰ ਨੇ ਉਹਨਾਂ ਦੇ ਵਜੋਂ ਵੀ ਡਿਫਾਈਨ ਕੀਤਾ ਜਾਂਦਾ ਹੈ ਹੁਣ ਜੋ ਇਸ ਗੱਲ ਦੇ ਲਈ ਇੰਡੀਕੇਟ ਕਰਦੇ ਨੇ ਕਿ ਜਿਹੜਾ ਵਿਦਿਆਰਥੀ ਹੈ ਸਿੱਖਣ ਵਾਲਾ ਹੈ ਉਹ ਲਰਨਿੰਗ এনवायरमेंट ਦੇ ਵਿੱਚ ਜਿਹੜੀ ਗਿਆਨ ਆ ਉਹ ਕਿਸ ਤਰੀਕੇ ਨਾਲ ਪ੍ਰਾਪਤ ਕਰਦੇ ਨੇ ਤੇ ਕਿਵੇਂ ਉਹ ਨਾਲ ਇੰਟਰੈਕਟ ਕਰਦੇ ਨੇ ਤੇ ਕਿਸ ਤਰ੍ਹਾਂ ਦੇ ਜਿਹੜੇ ਰਿਸਪਾਂਸ ਨੇ ਉਹ ਦਿੰਦੇ ਨੇ ਨੈਕਸਟ ਹੈ ਅਕੋਰਡਿੰਗ ਟੂ ਕਿਰਵੇ ਰਿਸਰਚਰਸ ਲੇਟਰ ਕੁਆਇੰਡ ਦ ਟਰਮ ਹੁਣ ਕਿਹੜੀ ਜਿਹੜੀ ਟਰਮ ਹੈ ਉਹ ਘੜੀ ਹੈ ਲਰਨਿੰਗ ਸਟਾਈਲ ਟੂ ਆਇਡੈਂਟੀਫਾਈ ਕੰਬਾਈਨਡ ਕੋਰਸ ਮਟੀਰੀਅਲ ਐਂਡ ਪ੍ਰੈਜੈਂਟੇਸ਼ਨਸ ਥੈਟ ਕੁਆਇਨਸਾਈਡਿਡ ਵਿਦ ਪਰਟਿਕੂਲਰ ਕಾಗ್ਨੀਟਿਵ ਸਟਾਈਲਸ ਹੁਣ ਖੋਜੀਆਂ ਨੇ ਜੋ ਲਰਨਿੰਗ ਸਟਾਈਲ ਸ਼ਬਦ ਹੈ ਉਹਨੂੰ ਮਿਸ਼ਰਤ ਕੋਰਸ ਸਮਗਰੀ ਅਤੇ ਪੇਸ਼ਕਸ਼ਾਂ ਵਜੋਂ ਪਛਾਣਿਆ ਹੈ ਜੋ ਕਿ ਵਿਸ਼ੇਸ਼ ਜਿਹੜੀਆਂ ਬੌਧਿਕ ਸ਼ੈਲੀਆਂ ਦੇ ਅਨੁਰੂਪ ਹੁੰਦੇ ਨੇ ਮੀਨ ਜ ਹਰੇਕ ਬੱਚਾ ਜਿਹਦਾ ਇੰਟੈਲੈਕਚੁਅਲ ਲੈਵਲ ਹਾਈ ਹੈ ਉਹ ਉਹਦੇ ਅਕੋਰਡਿੰਗ ਆਪਣਾ ਲਰਨਿੰਗ ਸਟਾਈਲ ਚੂਜ਼ ਕਰੇਗਾ ਤੇ ਜਿਹੜੇ ਬੱਚੇ ਮਿਡਲ ਲੈਵਲ ਦੀ ਲਰਨਿੰਗ ਵਾਲੇ ਨੇ ਉਹ ਆਪਣੇ ਅਕੋਰਡਿੰਗ ਤੇ ਜਿਹੜੇ ਬਿਲਕੁਲ ਸਲੋ ਲਰਨਰਸ ਨੇ ਉਹ ਆਪਣੇ ਅਕੋਰਡਿੰਗ ਆਪਣਾ ਜਿਹੜਾ ਲਰਨਿੰਗ ਸਟਾਈਲ ਹੈ ਉਹ ਚੂਜ਼ ਕਰਨਗੇ ਨੈਕਸਟ ਹੈ ਅਕੋਰਡਿੰਗ ਟੂ ਸਟੇਵਾਰਟ ਤੇ ਫੈਲੀਸਿਟੀ ਦੇ ਅਕੋਰਡਿੰਗ ਕੀ ਹੈ ਅ ਫਿਊ ইয়ারਸ ਲੇਟਰ ਅਨਦਰ ਡੈਫੀਨੇਸ਼ਨ ਵਾਸ ਪ੍ਰੈਜ਼ੈਂਟਡ ਫਾਰ ਲਰਨਿੰਗ ਸਟਾਈਲਸ ਐਸ ਐਜੂਕੇਸ਼ਨਲ ਕੰਡੀਸ਼ਨਸ ਅੰਡਰ ਵਿਚ ਲਰਨਰਸ ਪ੍ਰਾਫਰ ਟੂ ਲਰਨ ਮੀਨਸ ਅਜਹੀਆਂ ਵਿਦੇਕ ਸਥਿਤੀਆਂ ਹੁੰਦੀਆਂ ਨੇ ਲਰਨਿੰਗ ਸਟਾਈਲ ਜਿਨ੍ਹਾਂ ਦੇ ਅਧੀਨ ਜਿਹੜਾ ਸਿਖਿਆਰਥੀ ਉਹ ਸਿੱਖਣ ਦੇ ਲਈ ਪਹਿਲ ਕਰਦਾ ਹੈ ਮੀਨਸ ਪ੍ਰੇਫਰੈਂਸ ਦਿੰਦਾ ਹੈ ਕਿਸੇ ਵੀ ਸਟਾਈਲ ਨੂੰ ਸਿੱਖਣ ਦੇ ਲਈ ਨੈਕਸਟ ਹੈ ਅਕੋਰਡਿੰਗ ਟੂ ਕੈਸੀਡੀ ਦੇਰ ਆਰ 3 ਪ੍ਰਾਇਮਰੀ ਕਨਸੈਪਟਸ ਦੈਟ ਮੇਕ ਅਪ ਦਾ ਫਰੇਮਵਰਕ ਆਫ ਲਰਨਿੰਗ ਸਟਾਈਲਸ ਫਸਟ ਹੈ ਇਨਫੋਰਮੇਸ਼ਨ ਸੈਕੰਡ ਪ੍ਰੋਸੈਸਿੰਗ ਸੌਰੀ ਇਨਫੋਰਮੇਸ਼ਨ ਪ੍ਰੋਸੈਸਿੰਗ ਸੈਕੰਡ ਹੈ ਇਨਸਟ੍ਰਕਸ਼ਨਲ ਪ੍ਰੇਫਰੈਂਸ ਤੇ ਥਰਡ ਹੈ ਲਰਨਿੰਗ ਸਟ੍ਰੈਟਜਿਸ ਹੁਣ ਕੈਸਿਡੀ ਨੇ ਕੀ ਕਿਹਾ ਕਿ ਜੋ ਸਿੱਖਣ ਸ਼ੈਲੀ ਹੈ ਉਹਦੇ ਫਰੇਮਵਰਕ ਦਾ ਨਿਰਮਾਣ ਕਰਨ ਵਾਲੇ 3 ਜਿਹੜੇ ਮੇਨ ਕਨਸੈਪਟ ਹੁੰਦੇ ਨੇ ਕਿਹੜੇ-ਕਿਹੜੇ ਹੁੰਦੇ ਨੇ ਪਹਿਲਾ ਹੈ ਸੂਚਨਾ ਪ੍ਰੋਸੈਸਿੰਗ ਮੀਨਸ ਜਿਹੜੀ ਇਨਫੋਰਮੇਸ਼ਨ ਹੈ ਉਹਦੀ ਪ੍ਰੋਸੈਸਿੰਗ ਕਰਨਾ ਫਿਰ ਇਨਸਟ੍ਰਕਸ਼ਨਲ ਪ੍ਰੇਫਰੈਂਸ ਮੀਨਸ ਕਿਹੜੇ ਤਰੀਕੇ ਨਾਲ ਕਿਸ ਤਰ੍ਹਾਂ ਦੀ ਜਿਹੜੀ ਜਿਹੜੇ ਇਨਸਟ੍ਰਕਸ਼ਨ ਨੇ ਉਹਦੇ ਦੁਆਰਾ ਬੱਚਾ ਫਾਲੋ ਕਰ ਸਕਦਾ ਹੈ ਤੀਸਰਾ ਹੈ ਜੋ ਲਰਨਿੰਗ ਸਟ੍ਰੈਟਜੀਆਂ ਨੇ ਜਾਂ ਸਿੱਖਣ ਦੀਆਂ ਤਕਨੀਕਾਂ ਨੇ ਨੈਕਸਟ ਹੈ ਅਕੋਰਡਿੰਗ ਟੂ ਫੈਡਲਰ ਐਂਡ ਹੈਨਰੀ ਕੋਸ ਲਰਨਿੰਗ ਸਟਾਈਲ ਐਸ ਦਾ ਵੇਜ਼ ਇਨ ਵਿੱਚ ਐਨ ਇੰਡੀਵਿਜੂਅਲ ਕੈਰੈਕਟਿਸਟਿਕਲੀ ਅਕਵਾਇਰਸ ਰੀਟੇਨਸ ਐਂਡ ਰੀਟ੍ਰਾਈਵਸ ਇਨਫੋਰਮੇਸ਼ਨ ਮੀਨਸ ਸਿੱਖਣ ਸ਼ੈਲੀ ਦਾ ਅਰਥ ਅਜਿਹੇ ਤਰੀਕੇ ਹੁੰਦੇ ਨੇ ਜਿਦੇ ਵਿੱਚ ਜਿਹੜਾ ਵਿਅਕਤੀ ਉਹ ਸੂਚਨਾ ਪ੍ਰਾਪਤ ਕਰਦਾ ਹੈ ਸੂਚਨਾ ਨੂੰ ਰੋਕ ਕੇ ਰੱਖਦਾ ਹੈ ਰੋਕ ਕੇ ਰੱਖਣਾ ਮੀਨਸ ਆਪਣੇ ਮਾਈਂਡ ਦੇ ਵਿੱਚ ਸੈੱਟ ਕਰਕੇ ਰੱਖਦਾ ਹੈ ਮੂਡ ਪ੍ਰਾਪਤ ਕਰਦਾ ਹੈ ਮੀਨ ਜਦੋਂ ਉਹਨੂੰ ਜ਼ਰੂਰਤ ਪੈਂਦੀ ਹੈ ਉਹਨੂੰ ਮੂਡ ਉਹ ਯੂਜ਼ ਕਰਦਾ ਹੈ ਡੀਅਰ ਸਟੂਡੈਂਟਸ ਏਸੀ ਡੈਫੀਨੇਸ਼ਨਸ ਆਫ ਲਰਨਿੰਗ ਸਟਾਈਲਸ ਥੈਂਕਸ ਫਾਰ ਵਾਚਿੰਗ